ਕੌਮ ਆਪਣੀ ਬਦਨਾਮ ਇਸੇ ਕੰਮ ਚ ਹੀ ਹੈ। ਕੜਾ ਖਾ ਲਿਆ, ਰੌਲਾ ਤੇ ਬਹਿ ਕੇ ਹਵਾ ਸਾਰ ਲਈ। ਸਤਿ ਸ੍ਰੀ ਅਕਾਲ। ਨਗਰ ਕੀਰਤਨ ਕਰਦੇ ਕਾਹਦੇ ਵਾਸਤੇ ਹੋ? ਬੇਅਦਬੀ ਕਰਨ ਨੂੰ ਕਰਦੇ ਹੋ? ਕੋਈ ਧੀ ਭੈਣ ਤੁਹਾਡੀ ਅੱਖ ਤੋਂ ਪਾਸੇ ਲੰਘਦੀ ਆ? ਕਹਿੰਦੇ ਹੋ ਤੁਸੀਂ ਇੱਕ ਥਾਪੜ ਥਾਪੜ, ਤੁਸੀਂ ਸਿੱਖ ਹੋ, ਤੁਸੀਂ ਸਿੰਘ ਗੁਰੂ ਗੋਬਿੰਦ ਸਿੰਘ ਦੇ ਹੋ। ਸਿੱਖੋ ਸਿੰਘੋ ਕੜਾ ਖਾਣ ਨੂੰ ਬਣੇ ਹੋ? ਤੁਹਾਡੇ ਸਾਹਮਣੇ ਤੁਹਾਡਾ ਪਿਓ ਰੋਂਦਾ ਫਿਰਦਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਸਣੇ ਮੇਰੇ? ਇਹ ਗੱਲਾਂ ਖਾਣ ਪੀਣ ਨੂੰ ਸਿੱਖ ਪੰਥਾ, ਲੰਗਰ ਲਾਉਣ ਨੂੰ ਸਿੱਖ ਪੰਥਾ, ਇਹ ਕਹਿਣ ਨੂੰ ਸਿੱਖ ਹੋ? ਤੁਹਾਨੂੰ ਸ਼ਰਮ ਹੀ ਹੈ ਨੀ? ਆਪਦੇ ਪੁੱਤਾਂ ਦੇ ਕੇਸ ਤੁਸੀਂ ਕਤਲ ਆਪਦੇ ਸਟਾਈਲ ਨਾਲ ਕਰਵਾਉਣੇ ਹੋ, ਦਾੜੀਆਂ ਦੇ ਤੁਸੀਂ ਸਟਾਈਲ ਬਣਾਉਣੇ ਹੋ, ਜਿੰਨੇ ਸੋਹਣੇ ਰੱਬ ਨੇ ਬਣਾਤਾ ਉਦੋਂ ਸੋਹਣੇ ਬਣ ਜਾਓਗੇ? ਉਹ ਤੁਹਾਡੇ ਘਰੇ ਰੋਟੀ ਕੌਣ ਬਣਾਉਣ ਆਉਂਦਾ? ਪਾਰਟੀਆਂ ਮਗਰ ਲੱਗ ਕੇ, ਸੰਸਥਾਵਾਂ ਮਗਰ ਲੱਗ ਕੇ ਤੁਸੀਂ ਭਰਾ ਭਰਾ ਦੇ ਵੈਰੀ ਬਣਾਤੇ ਹੋ। ਉਹਨੇ ਪੰਜ ਕਲੇ ਛੱਡੇ, ਅਸੀਂ ਪੰਜਾਂ ਸਰਸਾਈਆਂ ਪਿੱਛੇ ਭਰਾ ਵੜ ਦਿੰਦੇ, ਉਹ ਅਸੀਂ ਗੁਰੂ ਗੋਬਿੰਦ ਸਿੰਘ ਕਿਹਾ। ਅਸੀਂ ਤਾਂ ਗੁਰੂ ਨੂੰ ਵਰਤਦੇ ਹਾਂ। ਜੇ ਆਨੰਦ ਕਾਰਜ ਹੋਣੇ ਆ ਤਾਂ ਗੁਰੂ ਗ੍ਰੰਥ ਸਾਹਿਬ ਲੈ ਆਓ, ਜੇ ਘਰੇ ਬਜ਼ੁਰਗ ਖਾਮੀ ਜੀਗਾ ਤਾਂ ਲੈ ਆਓ, ਨਹੀਂ ਸਾਨੂੰ ਕੋਈ ਲੋੜ ਨੀ ਤੇਰੀ ਬਾਣੀ ਦੀ, ਨਹੀਂ ਸਾਨੂੰ ਲੋੜ ਤੇਰੇ ਸਰੂਪ ਦੀ। ਫਿਰ ਕੋਈ ਗੱਲਾਂ ਬਾਤਾਂ ਗਾਹ ਕਰਿਓ, ਆ ਨਗਰ ਕੀਰਤਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ, ਕੜਾਹ ਖਾ ਕੇ ਸੌ ਜਾਓਗੇ ਅੱਜ। ਜੇ ਅਰਦਾਸ ਚ ਵੀ ਵਾਹਿਗੁਰੂ ਪਦ ਆਉਂਦਾ ਨਾ, ਵਾਹਿਗੁਰੂ ਪਦ ਜੇ ਅਰਦਾਸ ਚ ਵੀ ਆਉਂਦਾ ਤਾਂ ਵਾਹਿਗੁਰੂ ਮਸਾਂ ਨਿਕਲਦਾ, ਜਿਵੇਂ ਕਿਸੇ ਨੇ ਰਗਾਂ ਮਲਗਾਂ ਹੁੰਦੀਆਂ ਆਪਣੀਆਂ। ਇਹ ਨਾ ਕੋਈ ਹੱਸਣ ਵਾਲੀ ਗੱਲ ਆ, ਨਾ ਤਮਾਸ਼ਾ ਪੈਂਦਾ ਇੱਥੇ। ਜਿਹੜੇ ਤੁਸੀਂ ਖੜੇ ਹੋ ਮੇਰੇ ਵੀਰ ਬਣ ਕੇ, ਮੇਰੀਆਂ ਭੈਣਾਂ ਬਣ ਕੇ, ਪਹਿਲਾਂ ਸਜੋ ਬੈਠੋ ਆਪ। ਤੁਸੀਂ ਪੂਰੇ ਗੁਰੂ ਦੀ ਹਜ਼ੂਰੀ ਚ ਬੈਠੇ ਹੋ। ਉਹਨੇ ਤੁਹਾਨੂੰ ਅਨਡਿਸਪਲਿਨ ਨਹੀਂ ਕੀਤਾ, ਉਹਨੇ ਡਿਸਪਲਿਨ ਕੀਤਾ ਵੀ ਜੇ ਸੰਗਤ ਦੇ ਬੈਠਣ ਵਾਸਤੇ ਵਿਸ਼ੇ ਦਿਆ ਤਾਂ ਭੁੰਜੇ ਬੈਠੋ ਸਾਰੇ। ਸੰਗਤ ਰੂਪ ਆਪ ਬੈਠੇ ਹੋ ਵਿੱਚ ਤਾਂ ਫੇਰ ਵੀ ਗਤੀ ਆ ਤੁਹਾਡੀ, ਤੇ ਜੇ ਲੋਕਾਂ ਨੂੰ ਸਮਝਾਉਣਾ ਮੇਰੇ ਵਾਂਗੂ ਆਪ ਨੀ ਕੁਛ ਕਰਨਾ, ਫਿਰ ਨਗਰ ਕੀਰਤਨ ਕਰਾਉਣ ਦਾ ਫਾਇਦਾ ਨੀ, ਨਥਿੰਗ ਆ। ਫਿਰ ਆਪਾਂ ਸਾਰਾ ਕੁਛ ਕਰੀ ਹੋਈ ਜਾਂਦੇ ਹਾਂ। ਹੁਣ ਗੱਜ ਵੱਜ ਕੇ ਇੱਕੋ ਵਾਰੀ ਕਹਿਣ ਤੇ ਗਜਾਇਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੜਾਹ ਖਾਣ ਤੋਂ ਵਿਹਲ ਮਿਲ ਗਈ ਕੌਮ ਨੂੰ ਤਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ। ਕੌਮ ਆਪਣੀ ਬਦਨਾਮ ਇਸੇ ਕੰਮ ਚ ਹੀ ਹੈ। ਕੜਾਹ ਖਾ ਲਿਆ, ਰੌਲਾ ਤੇ ਬਹਿ ਕੇ ਹਵਾ ਸਾਰ ਲਈ। ਸਤਿ ਸ੍ਰੀ ਅਕਾਲ। ਤਾਂ ਹੀ ਵੱਜਦੀ ਆ ਕੌਮ ਕੜਾਹ ਖਾਣੀ। ਬੋਲੂ ਮੈਂ 5-7 ਮਿੰਟ ਹੀ, ਤੁਹਾਡੇ ਕੰਨਾਂ ਚੋਂ ਖੂਨ ਆਉਣ ਲੱਗ ਪਊ। ਐਤਕੀ ਮੈਨੂੰ ਸੱਦ ਲਿਆ ਕੁਲਵੰਤ ਨੇ, ਦੁਬਾਰੇ ਸੱਦਾ ਨੀ, ਮੈਨੂੰ ਪਤਾ। ਧਿਆਨ ਨਾ ਸੁਣਿਓ, 5 ਮਿੰਟ ਹੀ ਮੈਨੂੰ ਦੇ ਦਿਓ, ਬਾਕੀ ਸਾਰੀ ਦਿਹਾੜੀ ਤੁਹਾਡੀ। 5 ਮਿੰਟ ਮੈਂ ਬੋਲਣੀ ਆਇਆ ਇੱਥੇ, ਮੈਨੂੰ ਭੌਂਕਾ ਕਰੋ, ਮੈਂ ਭੌਂਕਦਾ ਰਹਿੰਦਾ ਹਰ ਥਾਂ ਜਾ ਕੇ ਵੀ ਕਿਸੇ ਤੇ ਅਸਰ ਹੋ ਜੇ। ਉਹ ਧਿਆਨ ਨਾ ਸੁਣਿਓ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਆ ਕੇ ਤੁਹਾਡੇ ਚ ਖੜ ਗਈ ਤੇ ਤੀਜੀ ਗੱਲ ਕਰਨ ਦਾ ਮਤਲਬ ਕੀ ਰਹਿੰਦਾ? ਬਾਣੀ ਚ ਕੋਈ ਅਧੂਰਾ ਪਾਣਾ, ਘਾਟਾ ਕੁਛ ਬਾਣੀ ਚ ਜਿਹੜਾ ਆਪਾਂ ਨੂੰ ਨਹੀਂ ਦਿਸ ਰਿਹਾ? ਜਿਹੜੀਆਂ ਅਸੀਂ ਆਪਦੀਆਂ ਹੋਸ਼ੀਆਂ ਪਾਟੀਆਂ ਫੁਕਰੀਆਂ ਗੱਲਾਂ ਇੱਥੇ ਬਹਿ ਕੇ ਕਰੀ ਜਾਂਦੇ ਹਾਂ ਉਹਦੀ ਹਜ਼ੂਰੀ ਚ, ਇਹਦਾ ਮਤਲਬ ਉਹਨੇ ਕੁਛ ਘੱਟ ਲਿਖਿਆ ਵਿੱਚ, ਉਹ ਆਪਾਂ ਪੂਰਾ ਕਰਾਂਗੇ? ਆਪਣੇ ਚ ਹੈਗੀ ਆ ਹੱਡ ਚੰਮ ਦੇ ਪੁਤਲੇ ਚ ਇੰਨੀ ਪਾਵਰ ਵੀ ਤੁਸੀਂ ਬਾਣੀ ਬਦਲ ਦਿਓ, ਬਾਣੀ ਦੀ ਮਰਿਆਦਾ ਬਦਲ ਦਿਓ, ਬਾਣੀ ਦੀ ਤੁਕ ਬਦਲ ਦਿਓ? ਹੈ ਜ਼ੁਰਤ ਕਿਸੇ ਚ? ਰੱਖਦਾ ਕੋਈ ਜਿਗਰਾ ਏਡਾ ਤੇ ਕੱਲਾ ਕੜਾਹ ਖਾ ਕੇ ਹਵਾ ਹੀ ਸਾਰਨੀ ਹੈ? ਤੀਜੀ ਗੱਲ ਹੀ ਹੈ ਨੀ ਕੌਮ ਕੋਲੇ ਹੋਰ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਲੇ ਵਾਂਗੂ ਰੱਖਤਾ ਲਿਆ ਕੇ ਤੇ ਉਹਦਾ ਢੂੰਜਾ ਵੀ ਕਰੀ ਜਾਂਦੇ ਹੋ, ਤੁਹਾਨੂੰ ਸਤਿਕਾਰ ਕੀ ਹੈ? ਨਗਰ ਕੀਰਤਨ ਕਰਦੇ ਕਾਹਦੇ ਵਾਸਤੇ ਹੋ? ਬੇਅਦਬੀ ਕਰਨ ਨੂੰ ਕਰਦੇ ਹੋ? ਅੱਗੇ ਪਿੰਡਾਂ ਦੇ ਭਾਰ ਥੋੜਾ, ਅੱਗੇ ਸੱਥਾਂ ਚ ਜਾ ਕੇ ਕੀ ਕਰਦੇ ਹੋ? ਕੋਈ ਧੀ ਭੈਣ ਤੁਹਾਡੀ ਅੱਖ ਤੋਂ ਪਾਸੇ ਲੰਘਦੀ ਆ?
ਕਹਿ ਰਹੇ ਹੋ ਤੁਸੀਂ ਇੱਕਾ ਥਾਪੜ ਥਾਪੜ ਤੁਸੀਂ ਸਿੱਖ ਹੋ, ਤੁਸੀਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਹੋ, ਕੋਈ ਗੁਰੂ ਗੋਬਿੰਦ ਸਿੰਘ ਦਾ ਪਰਛਾਵਾ ਪਿਆ ਤੁਹਾਡੇ ਕੈਰੇਕਟਰ ਤੇ, ਤੁਹਾਡੇ ਕਿਰਤਾਂ ਚੋਂ ਝਾਕਦਾ ਹੋ, ਲੱਗਦਾ ਤੁਹਾਨੂੰ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹੋ? ਹੈ ਕੋਈ ਕੁਆਲਿਟੀ ਉਹਦੇ ਵਾਲੀ ਤੁਹਾਡੇ ਚ? ਸਿੱਖੋ ਸਿੰਘੋ, ਸਿੱਖੋ ਸਿੰਘੋ, ਕੜਾਹ ਖਾਣ ਨੂੰ ਬਣੇ ਹੋ? ਤੁਹਾਡੇ ਸਾਹਮਣੇ ਤੁਹਾਡਾ ਪਿਓ ਰੋਂਦਾ ਫਿਰਦਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਸਣੇ ਮੇਰੇ? ਇਹ ਗੱਲਾਂ ਖਾਣ ਪੀਣ ਨੂੰ ਸਿੱਖ ਪੰਥ ਆ, ਲੰਗਰ ਲਾਉਣ ਨੂੰ ਸਿੱਖ ਪੰਥ ਆ, ਇਹ ਕਹਿਣ ਨੂੰ ਸਿੱਖ ਹੋ ਕਿ ਮਨੋ ਹੀ ਇੰਨੇ ਸੱਚੇ ਹੋ ਗਏ ਵੀ ਗੁਰੂ ਗੋਬਿੰਦ ਸਿੰਘ ਤੋਂ ਵੀ ਸੱਚੇ ਹੋ? ਤੁਸੀਂ ਕਹਿੰਦੇ ਹੋ ਅੰਮ੍ਰਿਤ ਛਕਣ ਦੀ ਕੀ ਲੋੜ ਆ, ਗੁਰੂ ਗੋਬਿੰਦ ਸਿੰਘ ਨੂੰ ਝੂਠੇ ਦਾ ਸਰਟੀਫਿਕੇਟ ਦਿੰਦੇ ਹੋ ਤੁਸੀਂ? ਨਾਮਾਂ ਦੇ ਨਾਲ ਸਿੰਘ ਤੇ ਕੌਰ ਤੁਹਾਡੇ ਪਿਓ ਨੇ ਲਾਇਆ, ਗੁਰੂ ਗੋਬਿੰਦ ਸਿੰਘ ਦਾ ਲਾਇਆ ਵਾ, ਵੰਜਾਂ ਅਰਗਨਾ ਚਾਰ ਨੂੰਹਾਂ ਉਹਦੀਆਂ ਸੀ, ਵੰਜਾਂ ਅਰਗਨਾ, ਉਹਦਾ ਦਿਮਾਗ ਨੀ ਹਿੱਲਿਆ ਸੀ, ਸਾਡੇ ਕਾਤਰ ਚਾਰ ਪਰਿਵਾਰ ਆਪਦੇ ਵਾਰ ਕੇ ਗਿਆ, ਉਹ ਇੱਕ ਨੀ ਵਾਰਿਆ। ਤੁਹਾਨੂੰ ਸ਼ਰਮ ਹੀ ਹੈ ਨੀ? ਆਪਦੇ ਪੁੱਤਾਂ ਦੇ ਕੇਸ ਤੁਸੀਂ ਕਤਲ ਆਪਦੇ ਸਟਾਈਲ ਨਾਲ ਕਰਵਾਉਣੇ ਹੋ, ਦਾੜੀਆਂ ਦੇ ਤੁਸੀਂ ਸਟਾਈਲ ਬਣਾਉਣੇ ਹੋ, ਜਿੰਨੇ ਸੋਹਣੇ ਰੱਬ ਨੇ ਬਣਾਤਾ ਉਦੋਂ ਸੋਹਣੇ ਬਣ ਜਾਓਗੇ? ਸ਼ਰਮ ਕਿਸੇ ਦੇ ਨੇੜ ਦੀ ਨੀ ਲੰਘਦੀ, ਗੱਲਾਂ ਤੁਸੀਂ ਕਰਦੇ ਹੋ ਜਥੇਦਾਰੀ ਦੀਆਂ, ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ, ਤੁਸੀਂ ਕੱਖ ਨੀ ਕਰਨਾ, ਤੁਸੀਂ ਧਰਮਾਂ ਦੇ ਨਾਂ ਤੇ ਲੋਕਾਂ ਦੇ ਟੋਚਨ ਪਵਾ ਕੇ, ਕੁੰਡੇ ਪਵਾ ਕੇ ਗੱਲ ਲਵਾਉਣੇ ਆ, ਪੱਗਾਂ ਲਵਾਉਣੀਆਂ, ਤੁਹਾਡੇ ਪੱਲੇ ਕੱਖ ਨੀ ਹੋ। ਲਿਖ ਕੇ ਲੈਣਾ, ਲਿਖ ਕੇ ਦੇ ਦੂ, 1430 ਅੰਕ ਪ੍ਰਾਹੁਣਾ ਲਿਖ ਕੇ ਹੀ ਗਿਆ, ਜੇ ਲਿਖਤਾ ਸੱਚ ਨੂੰ ਮੰਨ ਲਓ, ਇਹ ਸੱਚ ਆ, ਸੱਚ ਸਭਨਾ ਕਾ ਖਾਸਮ ਆ, ਨਹੀਂ ਮੰਨਣਾ ਗੁਰੂ ਮੰਨਣਾ, ਗੁਰੂ ਗ੍ਰੰਥ ਸਾਹਿਬ ਆ, ਗੁਰੂ ਦੀ ਨਹੀਂ ਮੰਨਣੀ, ਸਹੁੰ ਖਾਧੀ ਵੀ ਹੈ, ਗੁਰੂ ਮੰਨਣਾ ਵੀ ਗੁਰੂ ਹੈਗਾ, ਗੁਰੂ ਦੀ ਨਹੀਂ ਮੰਨਣੀ, ਅਸੀਂ ਨਹੀਂ ਮੰਨਦੇ, ਤੇਰੀ ਹੀ ਆਪਦੀ ਮਰਜ਼ੀ ਕਰਾਂਗੇ, ਤੇ ਉਹਨੇ ਥੋਥੋਂ ਕੜੀ ਲੜੀ ਆ, ਉਹਦਾ ਗੱਡਾ ਰੁਕਦਾ? ਤੁਸੀਂ ਨਗਰ ਕੀਰਤਨ ਇੱਕ ਨਾ ਕਰੋਗੇ, ਫਿਰ ਕਿਤੇ ਗੁਰੂ ਗ੍ਰੰਥ ਸਾਹਿਬ ਹੈ ਨੀ, ਰੌਂਦਾ ਪਿੰਡ ਕੱਲਾ ਨਾ ਕਰੂ, ਹੋਰ 13,000 ਪਿੰਡ ਆ ਉਹ ਨਾ ਕਰਨਗੇ, ਫਿਰ ਹੈ ਨੀ, ਵਿਦਿਆ ਕੀ ਆ, ਪਤਾ ਵੀ ਲੱਗੇ ਤੂੰ ਸਿੱਖੀ ਝੜਕਦੀ ਕਿੱਧਰੋਂ ਆ, ਕਰਨ ਕੀ ਆਇਆ ਇੱਥੇ, ਕੰਮ ਵੀ ਛੜਾਏ ਆ, ਭੈਣਾਂ ਵੀ ਬੈਠੀਆਂ, ਧੀਆਂ ਵੀ ਬੈਠੀਆਂ, ਇਹਨਾਂ ਨੇ ਰੋਟੀ ਟੁੱਕ ਤੋਂ ਆਪਣੇ ਚਵੇਲਾ ਹੋਣਾ, ਪੈਗ ਲਾ ਕੇ ਮੇਰੇ ਵਰਗੇ ਨੇ ਕੁੱਟਣਾ, ਆਈਆਂ ਤੂੰ ਨਗਰ ਕੀਰਤਨ ਤੋਂ ਧੱਕੇ ਖਾ ਕੇ, ਉਹਨੇ ਧੱਕੇ ਬਣਾ ਦੇਣੇ ਆ ਭੈਣ ਦੇ, ਤੁਸੀਂ ਕਿਹੜੇ ਤੁਸੀਂ ਸਿੱਖ ਹੋ? ਮੈਂ ਤਾਂ ਨੀ ਸਿੱਖ, ਮੈਂ ਤਾਂ ਕੜਾਹ ਖਾਣਾ, ਮੈਂ ਤਾਂ ਮੰਨਦਾ, ਤੁਸੀਂ ਮੈਨੂੰ ਜ਼ਿਆਦਾ ਲੱਗਦੇ ਹੋ ਤਾਂ ਤੁਸੀਂ ਮੰਨ ਲਓ, ਮੈਨੂੰ ਤਾਂ ਕੋਈ ਦਿੰਦੀ ਨੀ ਸਿੱਖੀ, ਮੇਰੇ ਚ ਵੀ ਨੀ ਦਿੰਦੀ, ਤੁਹਾਡੇ ਚ ਵੀ ਨੀ ਦਿੰਦੀ, ਸਿੱਖੀ ਦਾ ਅਸੂਲ ਤਾਂ ਕੋਈ ਦਿੰਦਾ ਨੀ, ਵਿੱਚ ਕਰੋਗੇ ਕੀ ਉੱਥੇ? ਨਗਰ ਕੀਰਤਨ ਤਾਂ 100 ਕਰ ਲਓ, ਬੇਅਦਬੀ ਕਰਨੀ ਆ, ਰੱਜ ਕੇ ਕਰੋ, ਇਹੀ ਏਜੰਸੀਆਂ ਚਾਹੁੰਦੀਆਂ, ਕਰੋ। ਉਹ ਤੁਹਾਡੇ ਘਰੇ ਰੋਟੀ ਕੌਣ ਫੜਾਉਣ ਆਉਂਦਾ? ਪਾਰਟੀਆਂ ਮਗਰ ਲੱਗ ਕੇ, ਸੰਸਥਾਵਾਂ ਮਗਰ ਲੱਗ ਕੇ ਤੁਸੀਂ ਭਰਾ ਭਰਾ ਦੇ ਵੈਰੀ ਬਣਾਤੇ ਹੋ, ਵਾਰਡਬੰਦੀ ਕਰ ਕਰਕੇ, ਵਾਰਡਬੰਦੀ ਦੇ ਨਾਂ ਤੇ ਤੁਸੀਂ ਭੁੰਝੇ ਲਾਹਤੇ ਪਿੰਡ, ਭਰਾਵਾਂ ਨੇ ਭਰਾਵਾਂ ਦੇ ਪਰਚੇ ਕਰਾਤੇ, ਲਾਹਤਾ ਉਹਨੇ 5 ਕਿਲੇ ਛੱਡੇ, ਅਸੀਂ 5 ਸਰਖਾਈਆਂ ਪਿੱਛੇ ਭਰਾ ਵੜ ਦਿੰਦੇ ਹਾਂ, ਉਹ ਅਸੀਂ ਗੁਰੂ ਗੋਬਿੰਦ ਸਿੰਘ ਕੇ ਹਾਂ, ਉਹ ਆਸ ਖਾ ਕੇ ਗਿਆ, ਉਹਨੇ ਆਹ ਕੁਛ ਕਿਹਾ ਸਾਨੂੰ, ਆਹ ਕੁਛ ਕਰਿਓ, ਉਹ ਅਕਲਾਂ ਨੂੰ ਹੱਥ ਮਾਰੋ, 5-5 ਕਿਲੋ ਦੇ ਸਿਰ ਮੇਰੇ ਸਣੇ ਚੱਕੀ ਫਿਰਦੇ ਹੋ ਸਾਰੇ, ਇਹਨਾਂ ਨੂੰ ਵਰਤੋ, ਕਹਿੰਦੀਆਂ ਟੌਹਰਾਂ ਨੂੰ ਪੱਗਾਂ ਨਾ ਬੰਨੋ, ਟੌਹਰਾਂ ਨੂੰ ਦਮਾਲੇ ਨਾ ਬੰਨੋ, ਇਹਨਾਂ ਨੂੰ ਕਮਾਉਣਾ ਸਿੱਖੋ ਵੀ ਕਿਵੇਂ ਕਮਾਈ ਦੇ ਆ, ਅੰਮ੍ਰਿਤ ਲੋਕ ਚ ਜੰਮੇ ਹੋ, ਅੰਮ੍ਰਿਤ ਹੋਏ ਹੋ, ਅੰਮ੍ਰਿਤ ਛੱਕ ਕੇ, ਜਿੱਦੇ ਅੰਮ੍ਰਿਤ ਛਕਿਆ ਉਦੋਂ ਤੁਸੀਂ ਮਰ ਗਏ, ਆ ਦੁਨੀਆਦਾਰੀ ਵੀ ਝੂਠੀ ਟੌਰ ਤੋਂ ਮਰ ਗਏ ਉਦੋਂ ਤੁਸੀਂ, ਅੰਮ੍ਰਿਤ ਛਕਿਆ, ਅੰਮ੍ਰਿਤ ਪੀਵਾ ਸਦਾ ਚਿਰ ਜੀਵਾ, ਤੇ ਦੁਨੀਆਂ ਵਾਂਗੂ ਜਿਉਂਦੇ ਭੇੜ ਬੱਕਰਿਆਂ ਵਾਂਗੂ ਮਰ ਜਾਣਾ, ਮਹਾਰਾਜ ਨੇ ਸਿੰਘ ਸ਼ੇਰ ਬਣਾਏ, ਨਹੀਂ ਬਣਨਾ ਸ਼ੇਰ, ਮੁੰਨਾ ਕਿਹਨੂੰ ਜਾਂਦਾ? ਭੇਡਾਂ ਨੂੰ,
ਸ਼ੇਰ ਦੀ ਵਾਰ ਦਾ ਕੋਈ ਮੁੱਛ ਪੱਟ ਕੇ ਦਿਖਾਵੇ, ਮਾਂ ਦਾ ਪੁੱਤ ਵੀ ਪੱਟ ਸਕਦਾ? ਓਏ ਅਕਲਾਂ ਨੂੰ ਹੱਥ ਮਾਰੋ, ਓਏ ਬਾਈ ਅਕਲਾਂ ਨੂੰ, ਕੱਖ ਨੀ ਤੁਹਾਡੇ ਪੱਲੇ ਰਹਿਣਾ, ਪਾਰਟੀਆਂ ਚ ਵੰਡ ਕੇ ਮਾਰ ਦੇਣਗੇ, ਦੀਵਾਨਾਂ ਚ ਵੰਡ ਕੇ ਮਾਰ ਦੇਣਗੇ, ਗਾਤਰਾਂ ਦੇ ਰੰਗਾਂ ਚ ਵੰਡ ਕੇ ਮਾਰ ਦੇਣਗੇ, ਪੱਲੇ ਕੱਖ ਨੀ ਛੱਡਣਾ ਤੁਹਾਡੇ ਇਹਨਾਂ ਨੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ। ਪੈਸਾ 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 ਪੈਸਾ, ਓਏ ਬੰਦੇ ਵਾਸਤੇ ਬਣਿਆ, ਬੰਦਾ ਨੀ ਪੈਸੇ ਵਾਸਤੇ ਬਣਿਆ। ਆ ਮੇਰੇ ਕੋਲ ਵੀ ਮੇਰੇ ਸਥਾਨ ਤੇ ਮੇਰੇ ਨਾਂ ਤੇ ਪਿੰਡ ਨੇ ਠੱਗੀ ਮਾਰ ਲਈ, ਮੈਂ ਕਿਹਨੂੰ ਕਹਾਂ, ਮੈਂ ਕਿਹਨੂੰ ਕਹੂੰ ਸਿੱਖ ਕਿੱਥੇ ਰਹਿੰਦੇ ਆ? ਜਿਹੜੇ ਪਿੰਡ ਦੀ ਖਾਤਰ ਘਰ ਬਾਰ ਪੱਟਿਆ, ਉਸੇ ਨੇ ਸੁਣਾ ਕੇ ਦਿਖਾਇਆ ਵੀ ਅਸੀਂ ਆਈ ਕਰਦੇ ਹੁੰਦੇ ਹਾਂ। ਮੈਂ ਤਾਂ ਬਹੁਤ ਛੋਟੇ ਪੱਧਰ ਦਾ ਆ ਜਾਂਦਾ, ਮੈਂ ਤਾਂ ਮੰਗਤਾ ਬੰਦਾ, ਠੱਗ ਬੰਦਾ ਸਾਬਤ ਕਰਤਾ ਪਿੰਡ ਨੇ, ਹੋਰ ਬਹੁਤ ਕੁਛ ਕਰਤਾ। ਇਹ ਤਾਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਕੇ ਮੇਰੇ ਕਦੋਂ ਸਕੇ ਬਣਦੇ ਆ, ਬਣ ਜਾਣਗੇ? ਨਾ ਮੈਂ ਕਿਸੇ ਨੂੰ ਬਣਾਉਣਾ ਸਕਾ। ਮੈਨੂੰ ਕਿਹਾ 125,000, ਮਹਾਰਾਜ ਨੇ ਕਿਹਾ 25 ਪੈਸੇ ਤੇ ਆਪ ਰਹੀ, ਲੱਖ ਤੇ ਗੁਰੂ ਨੂੰ ਰੱਖੀ, ਤੇਰੀ ਹਾਰ ਹੁੰਦੀ ਦਿਖਾਈ ਕਿਤੇ ਹੁੰਦੀ ਆ? ਅਸੀਂ ਤਾਂ ਗੁਰੂ ਨੂੰ ਵਰਤਦੇ ਹਾਂ, ਜੇ ਆਨੰਦ ਕਾਰਜ ਹੋਣੇ ਆ ਤਾਂ ਗੁਰੂ ਗ੍ਰੰਥ ਸਾਹਿਬ ਲੈ ਆਓ, ਜੇ ਘਰੇ ਬਜ਼ੁਰਗ ਖਾਮੀ ਚ ਗਿਆ ਤਾਂ ਲੈ ਆਓ, ਨਹੀਂ ਸਾਨੂੰ ਕੋਈ ਲੋੜ ਨੀ ਤੇਰੀ ਬਾਣੀ ਦੀ, ਨਹੀਂ ਸਾਨੂੰ ਲੋੜ ਤੇਰੇ ਸਰੂਪ ਦੀ। ਇਹ ਗੱਲ ਨੂੰ ਸੱਚੀ ਕਰਕੇ ਮੰਨਿਓ ਤੇ ਸਾਰਿਆਂ ਨੇ ਇਹ ਗੱਲ ਕਮਾਈ ਵੀ ਆਪਦੇ ਘਰਾਂ ਘਰਾਂ ਚ, ਘਰਾਂ ਚ ਬਾਣੀ ਪ੍ਰਕਾਸ਼ ਕਰ ਲਓ, ਗੁੱਟ ਕੇ ਪ੍ਰਕਾਸ਼ ਕਰ ਲਓ, ਪੋਥੀਆਂ ਪ੍ਰਕਾਸ਼ ਕਰ ਲਓ, ਬਾਣੀ ਨਾਲ ਜੁੜ ਜਾਓ, ਘਰ ਦਾ ਬਾਣੀ ਸਬਜੈਕਟ ਬਣਾ ਲਓ, ਵਿਅਕਤੀ ਵਿਸ਼ੇਸ਼ ਨੂੰ ਤਰਜੀਹ ਦੇਣੋ ਹਟ ਜਾਓ। ਵਿਅਕਤੀ ਹੱਟ ਮਾਸ ਦਾ ਪੁਤਲਾ, ਮਰਨਾ ਹੀ ਮਰਨਾ ਹੈ, ਜੋ ਜੋ ਦੀਸੇ ਸੋ ਸੋ ਬਿਨਸੇ, ਬਾਣੀ ਚ ਲਿਖਿਆ। ਗੁਰੂ ਗ੍ਰੰਥ ਸਾਹਿਬ ਆ ਸ਼ਬਦ ਗੁਰੂ ਸੁਰਤ ਧੁਣ ਚੇਲਾ, ਜੁੜੋ ਇਹਨਾਂ ਨਾਲ, ਬਾਣੀ ਨਾਲ ਜੁੜੋ, ਬਾਣੀ ਨਾਲ ਫੇਰ ਕੋਈ ਗਤੀ ਆ। ਜੇ ਬੰਦੇ ਨਾਲ ਜੁੜੋਗੇ, ਬੰਦਾ ਅੱਜ ਵੀ ਦਗੇਬਾਜ, ਬੰਦਾ ਕੱਲ ਨੂੰ ਵੀ ਦਗੇਬਾਜ। ਗੁਰੂ ਗ੍ਰੰਥ ਸਾਹਿਬ ਚ ਕਹਿੰਦਾ ਇਸ਼ਨਾਨ ਨੀ ਕਰਾਉਣਾ ਪੈਂਦਾ, ਇਸ਼ਨਾਨ ਕਰਾਈਏ ਕੀ, ਪਰ ਉਹਨਾਂ ਚ ਗੰਦਾ ਹੈ ਹੀ ਨੀ ਕੁਛ। ਮੇਰਾ ਸਾਧ 12-12 ਵਜੇ ਤੱਕ ਅੰਦਰ ਵੜ ਕੇ ਕਹਿੰਦਾ ਬਾਬਾ ਜੀ ਦੀ ਵੇਟ ਕਰੋ, ਬਾਬਾ ਜੀ ਹਜੇ ਇਸ਼ਨਾਨ ਕਰਦੇ ਆ। ਕਾਹਦਾ ਬਾਬਾ, ਉਹ ਜਿਹੜਾ 12 ਵਜੇ ਤੱਕ ਨਹਾ ਨੀ ਸਕਦਾ, ਕਾਹਦਾ ਬਾਬਾ? ਦੇਹ ਧਾਰੀਆਂ ਤੋਂ ਜਾਨ ਛਡਾਓ ਭੈਣੋ, ਮੇਰੇ ਕੋਲ ਤੁਹਾਨੂੰ ਮੈਂ ਹੱਥ ਬੰਨ ਕੇ ਪੈਰੀਂ ਲੱਗੇ ਬੇਨਤੀ ਕਰਦਾ ਸਾਰਿਆਂ ਦੇ, ਧਾਗਿਆਂ ਤਵੀਤਾਂ ਤੋਂ ਜਾਨ ਛਡਾ ਲਓ, ਧਾਗੇ ਤਵੀਤਾਂ ਚ ਕੋਈ ਪਾਵਰ ਹੋਵੇ ਬਾਰਡਰ ਤੇ ਸੁੱਟ ਦਿਓ। ਤੁਹਾਨੂੰ 2.5 ਰੁਪਏ ਕਿਲੋ ਖੰਡ ਮਿਲੇ, 40 ਰੁਪਏ ਕਿਲੋ ਲੈਂਦੇ ਆਪਾਂ, ਫੌਜ ਦੇ ਖਰਚੇ ਨਹੀਂ ਲੈਂਦੇ ਆ, ਜਾਂ ਸੁੱਟ ਦਿਓ ਕਿ ਬਾਰਡਰ ਤੇ ਜੇ ਧਾਗਾ ਤਵੀਤਾਂ ਚ ਕੁਛ ਹੈਗਾ, ਕਰ ਦਿਓ ਫਨਾ ਉਹਨਾਂ ਨੂੰ। ਓਏ ਹੱਥ ਬੰਨੇ, ਓਏ ਮੜੀਆਂ ਮਸਾਣਾ ਚੋਂ ਨਿਕਲੋ, ਰੂੜੀਆਂ ਨੂੰ ਪੂਜਣੋ ਹਟ ਜਾਓ। ਭਮੱਕੜ ਸ਼ਾਹ, ਲਹਿਣੇ ਸ਼ਾਹ, ਫਲਾਨਾ ਸ਼ਾਹ, ਡਰਾ ਡਰਾ ਕੇ ਨਾਂ ਰੱਖੀ ਜਾਂਦੇ, ਡਰਾ ਡਰਾ ਕੇ ਮੱਥਾ ਟੇਕੀ ਜਾਂਦੇ, ਬਾਣੀ ਪੜ ਲਓ, ਆਪਦੀ ਹਸਤੀ ਨੂੰ ਯਾਦ ਰੱਖੋ, ਕਿਸੇ ਦੇ ਪਿੱਛੇ ਨਾ ਲੱਗੋ, ਪਿੱਛ ਲੱਗ ਨਾ ਬਣੋ, ਤੁਹਾਨੂੰ ਮਹਾਰਾਜ ਨੇ ਆਜ਼ਾਦ ਕੀਤਾ, ਤੁਸੀਂ ਬਾਗੀ ਹੋ, ਹਰ ਗੱਲ ਚੋਂ, ਹਰ ਪਖੰਡ ਚੋਂ ਆਜ਼ਾਦ ਹੋ, ਸਿੱਖ ਹੋ, ਸਟੂਡੈਂਟ ਹੋ, ਸਿਖਾਓ ਨਾ ਸਿੱਖੋ, ਸਿਖਾਓ ਨਾ ਸਿੱਖੋ, ਸਿੱਖੋ ਸਿੱਖੋ ਸ਼ਬਦ ਪਿਆਰੇ ਹੋ, ਸਿੱਖੋ। ਉਹਨੇ ਸਿੱਖ ਬਣਾਇਆ, ਪ੍ਰਿੰਸੀਪਲ ਨਹੀਂ ਬਣਾਇਆ, ਖੁਸ਼ੀ ਨੂੰ ਸਿਖਾਉਣ ਲੱਗੋ। ਮੇਰੇ ਵਰਗਾ ਬੋਲੀ ਜਾਂਦਾ 100 ਬੰਦਾ ਲਾ ਕੇ ਦਬਾਉਣ ਲਾਤਾ, ਮੈਂ ਸਿਖਾਇਆ, ਕੋਈ ਨੀ ਸਿੱਖਦਾ ਕਿਸੇ ਦੇ ਕਹੇ। ਧੀਆਂ ਭੈਣਾਂ ਦੀ ਇੱਜ਼ਤ ਕਰਨਾ ਸਿੱਖੋ, ਇਹ ਨਾ ਕਹੋ ਸਾਡੀ ਸਮਝਦੇ ਹਾਂ, ਸਾਡੇ ਕੋਲ ਹੀ ਹੈ, ਸਮਝਣਾ ਨੀ ਕੋ ਹੋਣਾ, ਸਾਡੀਆਂ ਹੀ ਹੈ ਸਾਰੀਆਂ, ਜੇ ਗਲਤ ਪਾਸੇ ਨੂੰ ਜਾਂਦੀਆਂ ਰੋਕ ਦਿਓ ਭੈਣੋ ਵੀਰੋ ਧੀਓ, ਰੋਕੋ। ਆਟਾ ਗੁੰਨ ਦਿਓ, ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਆਟਾ ਗੁੰਨੋ, ਬਾਣੀ ਗੁੰਨ ਕੇ ਬੱਚਿਆਂ ਨੂੰ ਖਵਾ ਦਿਓ, ਤੁਹਾਨੂੰ ਕਲਾਸ ਲਾਉਣ ਦੀ ਲੋੜ ਨੀ ਪੈਂਦੀ ਬੱਚਿਆਂ ਤੇ, ਆਪਦੇ ਹੱਥੀ ਕਮਾਓ ਬਾਣੀ, ਆਪਦੇ ਹੱਥੀ ਸਾਧਾਂ ਪਖੰਡਾਂ ਤੋਂ ਜਾਣ ਛਡਾਓ। ਬੀਬਗੋ ਤੁਹਾਡੇ ਪੈਰੀ ਪੈ ਕੇ ਬੇਨਤੀ ਆ, ਤੁਹਾਡੇ ਚੋਂ ਮੈਂ ਬਲੇਮ ਆਉਂਦਾ ਵੀ ਸਾਧ ਬੀਬੀਆਂ ਲਾਂਚ ਕਰ ਦਿਆਂ, ਤੇ ਤੁਹਾਡੇ ਚੋਂ ਮੈਂ ਬਲੇਮ ਆਪਦਾ ਬਲੇਮ ਧੋ ਦਿਓ। ਬਾਣੀ ਬਾਣੀ ਨਾਲ ਜੁੜੋ, ਸਭ ਨੂੰ ਖੂਨ ਚੜ੍ਹਦੀ ਗੁਲਾਮ ਮਹਾਰਾਜ ਬਖਸ਼ੇ, ਸ਼ਸਤਰਧਾਰੀ ਜ਼ਰੂਰ ਹੋਵੋ, ਐਵੇਂ ਐਡੀਆਂ ਐਡੀਆਂ ਕਿਰਪਾਨਾਂ ਨਾ ਪਾਓ, ਦੰਦਾਂ ਚੋਂ ਕ੍ਰੀੜਾ ਨਹੀਂ ਕੱਢਣਾ ਉਹਨਾਂ ਨਾਲ, ਆਪਾਂ ਚੰਗੀ ਤਰ੍ਹਾਂ ਸ਼ਸਤਰ ਧਾਰੋ ਆਪਦੇ ਸਰੀਰ ਤੇ, ਜਿਹੜੀ ਤੁਹਾਡੇ ਗਾਤਰੇ ਪਾਈ ਆ ਘੱਟੋ ਘੱਟ ਤੁਹਾਡੀ ਬੱਕੀ ਚ ਲੰਘਦੀ ਹੋਵੇ, ਕਿਸੇ ਦੀ ਕੀ ਕੱਢੋਗੇ? ਅਲਰਟ ਰਹੋ, ਸੁਚੇਤ ਰਹੋ, ਸਿਆਣੇ ਬਣੋ, ਸਿਆਣੇ ਸਿੱਖ ਸਟੂਡੈਂਟ ਬਣੋ, ਸਿੱਖੋ ਬਾਣੀ ਕੀ ਸਿਖਾਉਂਦੀ ਆ, ਫਿਰ ਕੋਈ ਗੱਲਾਂ ਬਾਤਾਂ ਗਾਂਹ ਕਰਿਓ। ਆ ਨਗਰ ਕੀਰਤਨ ਨੇ ਤੁਹਾਨੂੰ ਕੱਖ ਨਹੀਂ ਦੇਣਾ, ਕੜਾਹ ਖਾ ਕੇ ਸੌ ਜਾਓਗੇ, ਅੱਜ ਸੁਸਤੀ ਪਾ ਲਓਗੇ, ਜੇ ਕੜਾਹ ਖਾਧਾ
ਤਕੜਾ ਖਾਣੇ ਕਹਿੰਦੇ ਜਿਨ੍ਹਾਂ ਨੇ ਦੇਗ ਚਲਾਈ ਕਿਉਂ ਚੱਲੀ ਦੇਗ ਕੁਐਸਚਨ ਕਰ ਸਕਦਾ ਤੁਹਾਨੂੰ ਕੋਈ ਸਾਡਾ ਚਾਹੇ ਬੱਚਾ ਜਾਵੇ ਚੁਣਵਾ ਤੋਂ ਸਾਡਾ ਬਜ਼ੁਰਗ ਜਾਵੇ ਅਸੀਂ ਭੋਗ ਤੇ ਮਿੱਠਾ ਵੰਡ ਕੇ ਐਂਡ ਕਰਦੇ ਹਾਂ ਵੀ ਤੁਸੀਂ ਮੂੰਹ ਮਿੱਠਾ ਕਰਕੇ ਜਾਓ ਸਾਡਾ ਭਾਣਾ ਤਾਂ ਚੱਲੀ ਆ ਦੇਗ ਸਾਨੂੰ ਉਹਨੇ ਚੜ੍ਹਦੀ ਕਲਾ ਸਿਖਾਈ ਆ ਢਾਈ ਕਲਾ ਨੀ ਸਿਖਾਈ ਭੋਗਾਂ ਤੇ ਬੋਲਦੇ ਆ ਨਾ ਜਦੋਂ ਹੁਕਮਨਾਮਾ ਜਾਂਦਾ ਉਦੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਪੂਰੇ ਨੇ ਗੱਲ ਹੀ ਕਹਿਤੀ ਪਿੱਛੋਂ ਕੀ ਰਹਿ ਗਿਆ ਕਹਿਣ ਵਾਲਾ ਮਖੌਲ ਬਣਾਤਾ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਯਾਰ ਮਖੌਲ ਬਾਬਾ ਅਲਰਟ ਰਹੋ ਸੁਚੇਤ ਰਹੋ ਮੇਰੀਆਂ ਤੁਹਾਨੂੰ ਜ਼ਹਿਰ ਅਰਗੀਆਂ ਲੱਗਣ ਮੇਖਾਂ ਅਰਗੀਆਂ ਲੱਗਣ ਕੰਡਿਆਂ ਅਰਗੀਆਂ ਲੱਗਣ ਤੁਹਾਡੇ ਚੁੱਭਣ ਮਾਫ਼ੀ ਕਿਸੇ ਤੋਂ ਕੋਈ ਨਹੀਂ ਕੌੜੀ ਦਵਾਈ ਅਸਰ ਕਰੂਗੀ ਮਿੱਠੀ ਨਸ਼ਾ ਕਰੂ ਗੱਜ ਵੱਜ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।